ਸਿੱਖ ਕੌਮ ਬਹਾਦਰਾਂ ਯੋਧਿਆਂ ਸੂਰਬੀਰਾਂ ਦੀ ਕੌਮ ਆ, ਜਿਨ੍ਹਾਂ ਕਰਕੇ ਸਿੱਖ ਕੌਮ ਤੋਂ ਅੱਜ ਵੀ ਦੁਨੀਆ ਕੰਬਦੀ ਆ। ਆਗੂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜਨੋ ਵਿਖੇ ਸਥਿਤ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿੱਥੇ ਕੌਮ ਦੇ ਮਹਾਨ ਲੀਡਰ ਸਰਦਾਰ ਜੱਸਾ ਸਿੰਘ ਰਾਮਗੜੀਆ, ਜੋ ਰਾਮਗੜੀਆ ਮਿਸਲ ਦੇ ਬਾਨੀ ਸਨ, ਉਹਨਾਂ ਦੀ ਜਨਮ ਸ਼ਤਾਬਦੀ ਨੂੰ ਲੈ ਕੇ ਜੋ ਵਿਸ਼ੇਸ਼ ਸਮਾਗਮ ਹੋਏ, ਉਸ ਦੌਰਾਨ ਪਾਠਾਂ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਗਾਇਨ ਕੀਤੀਆਂ ਗਈਆਂ, ਸਜਦਾ ਕੀਤਾ ਗਿਆ ਸੰਗਤਾਂ ਨੇ ਗੁਰੂ ਨੂੰ, ਅਤੇ ਇਸ ਤਰ੍ਹਾਂ ਲੰਗਰ ਵੀ ਅਟੁੱਟ ਵਰਤੇ। ਇਸ ਸਮੁੱਚੇ ਪ੍ਰੋਗਰਾਮ ਦੀ ਸੇਵਾ ਸਰਦਾਰ ਰੇਸ਼ਮ ਸਿੰਘ, ਮਨਜੀਤ ਸਿੰਘ ਅਤੇ ਹੋਰ ਫ੍ਰਿਜਨੋ ਦੇ ਟਰੱਕਰ ਵੀਰਾਂ ਨੇ ਰਲ ਕੇ ਕੀਤੀ, ਅਤੇ ਇਹ ਸਮਾਗਮ ਕਾਫ਼ੀ ਯਾਦਗਾਰੀ ਰਿਹਾ ਅਤੇ ਇੱਕ ਇਹ ਸੁਨੇਹਾ ਦੇ ਕੇ ਗਿਆ ਕਿ ਸਾਨੂੰ ਸਭ ਨੂੰ ਰਲ ਕੇ ਰਹਿਣਾ ਚਾਹੀਦਾ, ਤਾਂ ਕਿ ਜਦ ਸਿੱਖ ਕੌਮ ਇਕੱਠੀ ਹੋਵੇਗੀ, ਰਲੀ ਹੋਵੇਗੀ, ਤਾਂ ਸਾਡਾ ਸਰ ਹਮੇਸ਼ਾ ਉੱਚਾ ਰਹੇਗਾ। ਅਤੇ ਇਸ ਦੇ ਵਿੱਚ ਹੋਰ ਕੀ ਕੁਝ ਰਿਹਾ ਖਾਸ, ਆਓ ਲੈ ਚੱਲਦਾ ਤੁਹਾਨੂੰ ਚੱਲਦੇ ਸਮਾਗਮ ਦੇ ਵਿੱਚ। ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਅੱਗੇ ਤੋਂ ਨਵੀਂ ਰਿਪੋਰਟ, ਅਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਤਾਲੀਆਂ ਐਂਡ ਮਾਛੀ ਕੇ ਮੀਡੀਆ, ਜਾਣੀ ਯੂਟਿਊਬ ਚੈਨਲ ਕੇ ਤਾਲੀਆਂ, ਅਤੇ ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਕੁਲਵੰਤ, ਉਹ ਵੀ ਤਾਲੀਆਂ। ਆਓ ਲੈ ਚੱਲਦਾ ਤੁਹਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ। ਸੰਗਤ ਨਾਲ ਸਾਂਝੀਆਂ ਕਰ ਲਈਆਂ। ਜਦੋਂ ਆਪਾਂ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਹਾਂ ਅਤੇ ਵੇਖਦੇ ਹਾਂ ਜਿਹੜੀਆਂ ਕੁਝ ਕੁਰਸੀਆਂ ਅਤੇ ਟੇਬਲ ਲੱਗੇ ਹੋਏ, ਉਹ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਜੋ ਸੇਵਾ ਸਬਜੈਕਟ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ, ਕਿਉਂਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ
ਕਾਬਲ ਕੰਧਾਰ ਤੋਂ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਉਹਨਾਂ ਦਾ ਇੰਨਾ ਸਤਿਕਾਰ, ਕਿਉਂਕਿ ਸੰਗਤ ਨੂੰ ਮਹਾਰਾਜ ਨੇ ਮਾਣ ਦਿੱਤਾ। ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਸੰਗਤ ਵਿੱਚ ਹੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਪਰਮੇਸ਼ੁਰ ਕਿੱਥੇ ਹੈ, ਸੰਗਤ ਵਿੱਚ ਹੈ। ਸੰਗਤ ਦੇ ਮਾਣ ਸਤਿਕਾਰ ਲਈ ਸਤਿਗੁਰੂ ਮਹਾਰਾਜ ਅਗਲ ਵਾਂਢੀ ਹੋ ਕੇ ਮਿਲਦੇ ਸਨ। ਸੰਗਤ ਦੀ ਚਰਨ ਆਪ ਸੰਗਤ ਦੇ ਜੋੜੇ ਝਾੜਦੇ, ਚਰਨ ਧੂੜ ਲੈਂਦੇ, ਆਪ ਸਤਿਗੁਰੂ ਮਹਾਰਾਜ ਸੰਗਤ ਨੂੰ ਪੱਖਾ ਝੱਲਦੇ। ਆਪ ਜੀ ਨੇ ਵੇਖਿਆ ਕਿ ਸੇਵਾਦਾਰ ਜਿਨ੍ਹਾਂ ਨੇ ਸੇਵਾ ਆਰੰਭ ਕੀਤੀ ਹੈ, ਜਿਹੜੀ ਵੀ ਸੰਗਤ ਆ ਰਹੀ ਹੈ ਉਹ ਸੰਗਤ ਲਈ ਜੋ ਮਸਤ ਲੱਗੇ ਸਾਧ ਨੇ ਵੱਡ ਆਦ ਦਿੱਲੀ ਲਾਲ ਕਿਲੇ ਦੇ ਵਿੱਚ ਤਖ਼ਤ ਤੇ ਬੈਠਾ ਕੇ ਨਾਮ ਦੇ ਸਿੱਕੇ ਜਾਰੀ ਕੀਤੇ, ਉਹ ਸੁਲਤਾਨ ਉਲ ਕੌਮ। ਔਰ ਇੱਕ ਵੱਡਾ ਉਹ ਮਹਾਨ ਜਰਨੈਲ ਜੀ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ, ਜੱਸਾ ਸਿੰਘ ਰਾਮਗੜੀ। ਇਹ ਦੋਵੇਂ ਜਰਨੈਲਾਂ ਨੇ ਜੋ ਕੌਮ ਨੇ ਕੀਤਾ, ਪੰਥ ਨੇ ਕੀਤਾ, ਅੱਜ ਇਤਿਹਾਸ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਆਪਣਾ ਸਭ ਕੁਝ ਦਾਅ ਤੇ ਲਾ ਕੇ ਕੌਮ ਦੇ ਮਹਾਨ ਜਰਨੈਲਾਂ ਨੇ ਸਿੱਖੀ ਆਮ ਸ਼ਾਨ ਪੰਥ ਨੂੰ ਬਰਕਰਾਰ ਰੱਖਿਆ। ਔਰ ਭਰਾਵਾਂ ਪ੍ਰਤੀ ਜੋ ਪਿਆਰ, ਜੋ ਮੁਹੱਬਤ, ਜੋ ਕੌਮ ਦੇ ਏਕਤੇ ਇਤਫਾਕ ਲਈ ਕੌਮ ਦੇ ਕਿਲਿਆਂ ਦੀ ਉਸਾਰੀ ਕਰਦਿਆਂ ਹੋਇਆ ਕੌਮ ਪ੍ਰਤੀ ਵਫਾਦਾਰੀ ਦਾ ਜੋ ਸਬੂਤ ਜੱਸਾ ਸਿੰਘ ਰਾਮਗੜੀਏ ਨੇ ਦਿੱਤਾ, ਆਪਣੇ ਭਰਾਵਾਂ ਦੇ ਸਿਰ ਲੱਥੇ ਵੇਖ ਕੇ ਅੰਦਰ ਸਿੱਖੀ ਦਾ ਉਸਾਰਾ ਏਦਾਂ ਵੱਜਾ ਕਿ ਭਾਵੇਂ ਦੂਸਰਿਆਂ ਵੱਲੋਂ ਹੋ ਕੇ ਲੜ ਰਿਹਾ ਸੀ, ਪਰ ਸਤ ਜਾਣੇ ਜਿਨ੍ਹਾਂ ਦੇ ਅੰਦਰ ਸਿੱਖੀ ਹੋਵੇ ਉਹ ਵੀ ਗੁਰੂਆਂ ਦੀ ਬਖਸ਼ੀ ਹੋਵੇ। ਅੱਜ ਮੈਂ ਇਤਿਹਾਸ ਜੱਸਾ ਸਿੰਘ ਰਾਮਗੜੀਏ ਦਾ ਤੁਹਾਡੇ ਨਾਲ ਸਾਂਝਾ ਕਰਨਾ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਵੀ ਪਹਿਲਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਤੋਂ ਸ਼ੁਰੂ ਕਰਦੀ ਹੈ। ਐਵੇਂ ਨਹੀਂ ਇਹਨਾਂ ਦੀ ਕੁੱਲ ਨੂੰ ਇੰਨਾ ਮਾਣ ਮਿਲਿਆ ਕਿ ਜਿਸ ਕੁੱਲ ਦੇ ਵਿੱਚ ਐਸੇ ਮਹਾਨ ਜਰਨੈਲ ਨੇ ਜਨਮ ਲਿਆ ਹੋਵੇ ਕਿ ਸਿੱਖੀ ਰੋਮ ਰੋਮ ਕਰਕੇ ਜਿਹਨੇ ਨਿਭਾਈ, ਹਾਂ
ਕੋਈ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਉਹਨਾਂ ਦੇ ਇਤਿਹਾਸ ਦੀਆਂ ਕੇਵਲ ਉਹਨੂੰ ਹੀ ਪ੍ਰਚਾਰੀ ਜਾਣਾ ਬਹੁਤ ਹੀ ਸਿਆਣਪ ਨਹੀਂ ਹੁੰਦੇ। ਜੱਸਰ ਸਿੰਘ ਰਾਮਗੜੀਏ ਦੇ ਇਤਿਹਾਸ ਵਿੱਚ ਇੱਕ ਦੋ ਘਟਨਾਵਾਂ ਐਸੀਆਂ ਨੇ ਜਿਹਨਾਂ ਘਟਨਾਵਾਂ ਕਰਕੇ ਅੱਜ ਕਈ ਵਾਰੀ ਸਾਡੇ ਵਿੱਚ ਭੁਲੇਖਾ ਹੁੰਦਾ, ਪਰ ਮੈਂ ਉਹ ਘਟਨਾਵਾਂ ਦਾ ਬਹੁਤਾ ਜ਼ਿਕਰ ਨਹੀਂ ਕਰਨਾ, ਮੈਂ ਉਡੀਕ ਕਰਨੀ। ਕੌਮ ਜੋ ਮਿਸਰਾਂ ਦੇ ਵਿੱਚ ਵੰਡੀ ਗਈ ਹੈ, ਇਹਨਾਂ ਮਿਸਰਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲੜਾਈਆਂ ਕੀਤੀਆਂ ਅਤੇ ਸਿੱਖ ਇਤਿਹਾਸ ਬਰਕਰਾਰ ਕੀਤਾ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਹੀ ਮਿਸਰਾਂ ਦੇ ਵਿੱਚ ਇੱਕ ਜੱਸਾ ਸਿੰਘ ਰਾਮਗੜੀਆ ਮਿਸਲ ਜੋ ਜੱਸਾ ਸਿੰਘ ਨੇ ਸਥਾਪਿਤ ਕੀਤੀ, ਇਸ ਰਾਮਗੜੀਆ ਮਿਸਲ ਦੇ ਬਾਨੀ ਜੱਸਾ ਸਿੰਘ ਰਾਮਗੜੀਆ ਦਾ ਅੱਜ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਰਬਾਰ ਫਰੀਦਕੋਟ ਵਿਖੇ, ਜਿੱਥੇ ਸੰਗਤਾਂ ਨੇ ਜੁੜ ਕੇ ਜਿੱਥੇ ਉਸ ਮਹਾਨ ਜਰਨੈਲ ਨੂੰ ਯਾਦ ਕੀਤਾ, ਉੱਥੇ ਉਸ ਦੀਆਂ ਵਾਰਾਂ ਗਾਈਆਂ ਅਤੇ ਇਤਿਹਾਸ ਨੂੰ ਸਜਦਾ ਕੀਤਾ ਅਤੇ ਪੜ੍ਹਨ ਕੀਤਾ ਕਿ ਸਾਨੂੰ ਲੋੜ ਇਹੋ ਜਿਹੇ ਜਰਨੈਲਾਂ ਦੀ ਜੋ ਸਿੱਖ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਜਾ ਸਕਣ। ਫਿਰ ਜਦੋਂ ਤੋਂ ਮੈਂ ਕੁਲਵੰਤ ਉਪੀ ਤਾਲੀਆਂ ਆਪਣੇ ਸਾਥੀ ਟਮਾਸ਼ਿਕਤ ਕੈਮਰਾ ਅਮਰਤਾ ਉਪੀ ਨਾਲ।